हाँ जी, सत श्री अकाल जी, सारिया नूं स्वागत है जी तुहाडा अपने अज दे नवें ब्लॉग दे विच। अज हैगा दिन ऐतवार ते आपां चले आ नगर कीर्तन दे उत्ते। सिम्मा भी तैयार होया अज, सत श्री अकाल जी। ते गुरहरमन सिंह अपना ऐनकां नूं ला के आण परफ्यूम ला के पूरी कर रहा अपनी तैयारी। ते अपना बंदा मिस है इक गुरशान वीर। असीं जद सवेर दे जदे उठे हुए आ ते सब तों पहलां थल्ले उपर भेजता सीगा वी जाके पुत्तर पग पग बन ला अपनी, हो जा तैयार। पर करदे कराउंदे ने मुंडे ते उही टाइम करता अंदर बड़ गए यार। लाइट बंद कर लू यार। इन्हां विचों मैं कल्ला ही सियाणा बंदा है जिहड़ा समय दे नाल वक्त नाल तैयार हो जांदा है। ਤੇ ਇਹ ਬਸ ਵਕਤ ਦੀ ਕਦਰ ਨਹੀਂ ਕਰਦੇ। ਸਮੇਂ ਦੀ ਕਦਰ ਕਰਨੀ ਚਾਹੀਦੀ ਆ। ਬੈਲੇ ਵੀਰ ਜੀ ਤੁਸੀਂ ਬੈਜੋ ਹੁਣ। ਕਾਮਾ ਜਾਮਾ ਤਾਂ ਸੈੱਟ ਕਰ ਲਈਏ। ਸਹੀ ਗੱਲ ਹੈ ਯਾਰ ਬ్రో। ਉਹ ਪਿੱਛੇ ਬੰਦੇ ਬੈਠੇ ਉਧਰ। ਲੈ ਵੀ ਗਾਣੇ ਗੁਣੇ ਲਾਓ, ਸ਼ਬਦ ਕੀਰਤਨ ਲਾਓ। ਤੁਸੀਂ ਚੱਲੇ ਨਗਰ ਕੀਰਤਨ ਤੇ ਮਾੜੀ ਮੋਟੀ ਸ਼ਰਮ ਕਰਿਆ ਕਰੋ, ਠੀਕ ਹੈ? ਕੋਈ ਨਾ ਨੇੜੇ ਚੱਲੇ ਤੁਸੀਂ ਬਾਬੇ ਦੇ ਘਰ ਨੂੰ ਲਾ ਦੋ ਗਾਣੇ ਤੁਹਾਨੂੰ। ਆਪਾਂ ਹੈਗੇ ਨਾਰਥ 'ਚ ਆ, ਜਾਣਾ ਸਾਊਥ 'ਚ। ਹਾਂ ਉਹ ਦੂਆ ਲਾਓ, ਤਲਵਾਰ ਮੈਂ ਕਲ ਕੀ ਧਰਦੀ। ਹਾਂ ते बाकी यार तुसीं दिन देखो अज कितना सोहणा लग्गिया वै। अज मौसम इन्ना ज़्यादा सोहणा है, धुप्प लगी है। कल तो अज दिन दे विच जमीन समान का फर्क लगता है। कल तो सारा दिन साडा मीह दे विच लंघ गया। आ खड़ी गुरप्रीत होनी हो ना। हाँ जी, हाँ जी। की हाल चाल ने? बहुत ही वेट तो नहीं करवाई? की करना, गड्डी कितने दो लग जानी है? असी गुरशान विच नाल है, दोले जांदे। आ जा फिर मुरे मुरे जान खोली है थोड़ी जान। लो जी, आपां पहुंच गए नगर कीर्तन दा करन वास्ते दर्शन दीदारा। ते बाकी तुसीं देखो इधर हरमन दे कल्ले ते कोटी नहीं पाई हुई हैगी। ਤੇ ਬਾਕੀ ਸਾਰੇ ਬੰਦੇ ਐਨ ਕੁੱਟੇ ਸਵੈਟਰ ਆਪਣੇ ਪਾ ਕੇ ਆਏ ਵੇ ਆ। ਸਾਡਾ ਬੰਦਾ ਕਹਿੰਦਾ ਵੀ ਅਸੀਂ ਐਂ ਕਰ ਲੈਣਾ। ਚੱਲ ਆਪਾਂ ਕੁਝ ਖਾ ਵੀ ਲੈਨੇ ਆ ਨਾ। ਪਹਿਲਾ ਕੰਮ ਇਹਦਾ ਲੰਗਰ ਸਭ ਤੋਂ ਪਹਿਲਾਂ ਲੰਗਰ। ਪਹਿਲਾਂ ਲੰਗਰ ਚਾਹ ਪੀਣੀ ਦਾ ਲੰਗਰ ਸਿਖਾ ਦਿੱਤੀ। ਚਾਹ ਹੀ ਪੀਣੀ ਗੁਰਪ੍ਰੀਤ ਹੀ ਬੋਲਦਾ ਸਾਡਾ ਲੰਗਰ ਘਰ ਕੋ ਇੰਨੀ ਨਹੀਂ ਛਕਣੀ ਇਹਦੀ ਛਕਾ ਲੰਗਰ ਹੈ ਯਾਰ। ਇਹ ਮੁੰਡਾ ਸੰਗਦਾ ਬਹੁਤ ਹੈ, ਇਹਨੂੰ ਦੱਸੋ ਮਾੜਾ ਜਿਹਾ ਕਮੈਂਟਾਂ ਦੇ ਵਿੱਚ ਵੀ ਸੰਗਿਆ ਸੁਣ ਨਾ ਕਰੇ। बाकी जगह वो है जिथे नगर कीर्तन घूम घुमा के पहुंच जाना। आप उत्थे नहीं गए है क्योंकि जो जिथो गुरुद्वारा साहब तो नगर कीर्तन चलना है उत्थे तो लैके सफ़र बहुत ज़्यादा पे। असी जो गड्डी उत्थे पार्किंग लाती सानू उरे बहुत दिक्कत आनी है, तो करके सीधे असी उस जगह पर पहुँच गए जिथे नगर कीर्तन ने परिक्रमा करने तों बाद पहुँच जाना। तो तुसी तुहानू मैं बाहर का माहौल दिखाउंदा, संगत किन्नी ज़्यादा भारी मात्रा दे विच पहुँच गई इत्थे पहला ही। तो लंगर बहुत तरह तरह लगे होणगे इत्थे। मैं क्या पहला ब्रेड खा लीए चको फिर। सत श्री अकाल भी है। बस होर ने बस बहुत है ने करा नहीं नहीं सवाद बहुत ने। बस कर थले प्लेटा भी करो कि ढिड दा भर गया दा रूही भरी इहदी तां होर लै खा कोट कर दे तोडी पूरी नहीं यार। चौथी तेरी प्लेट है जब तू 12 ਵਿੱਚ ਭੀੜ 'ਚ ਪੜਦਾ ਹੈ ਉਹਦਾ ਲੱਗੂਗਾ ਤੇਰੀ ਜੈਕਟ ਨੂੰ। ਆਪਣੇ ਨਹੀਂ ਲਾਇਆ ਹੈ, ਆਪਣੇ ਨਹੀਂ ਲਾਇਆ। ਇਹਦੀ ਵੀ ਦੂਜੀ ਜੀ ਆ ਐਂਡ ਲੱਗਿਆ ਰੱਖਿਆ ਨਾ ਨਾ ਕਹਿ ਦੇ ਬਣਿਆ ਪੜਾਈ ਜਾਣ ਦੇ ਵੀਡੀਓ ਕੁਝ ਨਹੀਂ ਦਾ ਇਹਨਾਂ ਨੇ ਭੁੱਖੇ ਵੀ ਇਹਨਾਂ ਨਹੀਂ ਰਹਿਣਾ। ਨਾ ਨਾ ਅਸੀਂ ਖਾਲੀ ਬਣੇ ਬਣੇ ਥੋੜਾ ਥੋੜਾ ਖਾ ਲਿਆ, ਚਾਹ ਸਾਡੀ ਤਿਆਰੀ ਆ ਥੋੜਾ ਥੋੜਾ ਲਿਟਲ ਲਿਟਲ। ਇੱਕ ਇੱਕ ਹੋਰ ਆਉਣੀ ਹੈ ਹੈ ਹਾਂ ਸ਼ਾਨ ਵਾਲਾ ਇੱਕ ਇੱਕ ਹੋਰ ਆਉਣੀ ਹੈ ਜੀ। ਚੱਕ ਵੀ ਚੱਕ ਲੈ ਗੁਰਪ੍ਰੀਤ ਕਰ ਲਾਂਦੇ ਬਲੌਗ ਬੰਦ। ਨਹੀਂ ਨਹੀਂ ਚੱਕ ਲੈ ਆਪਣੇ ਬਾਈਪਾਸ ਆ ਬਾਬੜੀ ਇਹ ਭਾਈ ਉਹਨੇ ਰਾਇਵਾ ਲੰਗਰੇ ਇੱਥੇ ਆਪਣਾ
ਮੈਂਗੋ ਜੂਸ ਮੈਂਗੋ ਲੱਸੀ ਮਿਲਕ ਸ਼ੇਕ ਮਿਲਕ ਸ਼ੇਕ ਇਹ ਹਰੇਕ ਸਾਲ ਇੱਥੇ ਲਿਵਿੰਗ ਦੇ ਵਿੱਚ ਮੈਂਗੋ ਸ਼ੇਕ ਦਾ ਲੰਗਰ ਲਾਉਂਦੇ ਹਾਂ ਪਰ ਆਪਣੇ ਮਿੱਤਰ ਬਹੁਤ ਜ਼ਿਆਦਾ ਵਧੀਆ ਨੇ ਹੈਂ ਉਹ ਬੱਲੇ ਕਾਲਾ ਹਲਵਾਈ ਕਿੱਦਾਂ ਕਾਲੇ ਕੀ ਗੱਲ ਚੱਲ ਰਹੇ ਬਹੁਤ ਵਧੀਆ ਕਿੱਧਰ ਰਹਿਣਾ ਅੱਜਕੱਲ੍ਹ ਬਾਹਰ ਭਾਈ ਹੋਣਾ ਨਾਲ ਹੀ ਦਿਖੇ ਨਹੀਂ ਕਦੇ ਮਿੱਤਰ ਇੱਥੇ ਨਾ ਇਕੱਠੇ ਆਈਦਾ ਹਾਂ ਤੇਰਾ ਹੋਰ ਵੀ ਕਾਲਾ ਕਰਦਾ ਹੈ ਪੱਠੀ ਪੱਠੀਆਂ ਨੇ ਕਾਲਾ ਕਰਦਾ ਪੱਠੀਆਂ ਕਰਕੇ ਨਾ ਪੱਠੀਆਂ ਤੁਹਾਨੂੰ ਪਤਾ ਸ਼ੇਕ ਹੀ ਬਹੁਤ ਹੈ ਸਹੀ ਗੱਲ ਹੈ ਯਾਰ ਲਓ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਹੈ ਜੀ ਕਈ ਸਾਲ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ ਕਈ ਸਾਲ ਦੁਨੀਆ ਦੀ ਰਾਜਨੀਤੀ ਇਧਰ ਮੇਰੇ ਭਾਈ ਚਾਹ ਸਾਹਿਬ ਆਪਣੇ ਤੇ ਆਪਣੇ ਭਾਅ ਜੀ ਸਰਬੰਦਾਵਾ ਸਰਬੰਦਾਵਾ ਦੁਨੀਆ ਦੇ ਕਿਤੇ ਵੀ ਜਾਣ ਵਾਸਤੇ ਲਓ ਜੀ ਟਿਕਾਊ ਟਿਕਟਾਂ ਸਸਤੀਆਂ ਨੇ ਮੈਂ ਲਕਾਊ ਟਿਕਟਾਂ ਸਸਤੇ ਟਿਕਾਊ ਟਿਕਟਾਂ ਭਾਈ ਉਹਨਾਂ ਦੀ ਸ਼ੋਪ ਆਪਣੇ ਦੀ ਤੇ ਜਾਇ ਤਾਂ ਇਹ ਕੋਈ ਚੱਕ ਕੇ ਲੈ ਕੇ ਜਾਊਗਾ ਖੰਡੇ ਵਿੱਚ ਜੰਮਿਆਂ ਨੂੰ ਬੜਾ ਸਵਾਦ ਅੱਖ ਵਿੱਚ ਅੱਖ ਪਾ ਕੇ ਲੱਗਾ ਜਾਵੇ ਅੱਖ ਵਿੱਚ ਅੱਖ ਪਾ ਕੇ ਨਾ ਤੀਰਾਂ ਨਾ ਬੜੀ ਤਾਈ ਹੁਣੇ ਪੈਸੇ ਢੋਕ ਕੇ ਲਾਉਂਦੇ ਸਹੀ ਗੱਲ ਹੈ ਇਹ ਹੋਰ ਵਧੀਆ ਚੜਦੀ ਹੈ ਵਧੀਆ ਸਭ ਛੁੱਟੀਆਂ ਤਾਂ ਆਪਾਂ ਜਾਣਾ ਯਾਰ ਚੱਲ ਜਦੋਂ ਕੰਮ ਦਾ ਸਾਂਭੀ ਲੱਗੇ ਓਕੇ ਭਾਈ ਮੈਂ ਕਹਿੰਦਾ ਚਲੀ ਭਾਜੀ ਸ਼ੋਪਿੰਗ ਸ਼ੋਪਿੰਗ ਕਰਦੇ ਆ ਚਲੋ ਚਲੋ ਓਕੇ ਵੀਰੇ ਓਕੇ ਜੀ ਓਕੇ ਓਕੇ ਮਿਲਦੇ ਆ ਕੀ ਹਾਲ ਚਾਲ ਨੇ ਓ ਬੱਲੇ ਬਾਬਾ ਜੀ ਕੀ ਹਾਲ ਚਾਲ ਤੁਹਾਡਾ ਓ ਗੱਡੀ ਆਪਣੀ ਉਹ ਵੀ ਗੱਡੀ ਆਪਣੀ ਹੋਆ ਮਹਾਰਾਜ ਆ ਦੋਨੇ ਗੱਡੀ ਆਪਣੀ ਆਈ ਆ ਵਾ ਖਾਲਸਾ ਫਤਿਹ ਬਾਬਾ ਜੀ ਠੀਕ ਠਾਕ ਚੜ੍ਹਦੀ ਗੱਡੀ ਦਾ ਵਧੀਆ ਬਾਬਾ ਮੈਂ ਵਕਤ ਕਰਦਾ ਓ ਕਿਦਾਂ ਪੁੱਤਰੀ ਕਿਦਾਂ ਕੀ ਹਾਲ ਚਾਲ ਹੈ ਓ ਕਿਦਾਂ ਗੁਰਪ੍ਰੀਤ ਹੈਲੋ ਹਾਂ ਗੁਰਪ੍ਰੀਤ ਪਰਮੇਸ਼ਰ ਰੁਕਣੇ ਠੀਕ ਹੈ ਇੱਧਰ ਸਾਡਾ ਬੰਦਾ ਸੌਣ ਲੱਗ ਗਿਆ ਭਾਅ ਸਿਮਰ ਨੀਂਦ ਲੱਗੀ ਹੁਣ ਕਹਿੰਦਾ ਸਮੋਸੇ ਖਾਧੇ ਆ ਬ੍ਰੈਡ ਖਾ ਲਏ ਕਹਿੰਦਾ ਚਾਹ ਪੀਤੀ ਹੋਈ ਹੈਗੀ ਆਜੋ ਮੈਂ ਰੁਕਦਾ ਗੱਡੀ ਠੀਕ ਹੈ ਓਕੇ ਉਹ ਕਿੱਧਰ ਰਹਾਂਗੇ ਦੂਜੇ ਤੋ ਯਾਰ ਆਪਾਂ ਪਹੁੰਚ ਗਏ ਸ਼ਹਿਰ ਪਰਮੇਸ਼ੀਆ ਦੇ ਵਿੱਚ ਜਿਹੜਾ ਕਿ ਅਪ੍ਰੀਲੀਆ ਤੋਂ ਰੋਮਾ ਦੇ ਸੈਂਟਰ 'ਚ ਪੈਂਦਾ ਹੈ ਕਿਉਂਕਿ ਅਸੀਂ ਉੱਥੇ ਚਾਹ ਨਹੀਂ ਪੀ ਕੇ ਆਏ ਅਤੇ ਅਸੀਂ ਰੁਕੇ ਉਰੇ ਕੋਈ ਵਧੀਆ ਲੱਭਾਂਗੇ ਬਾਹਰ ਬਾਹਰ 'ਤੇ ਪੀਵਾਂਗੇ ਚਾਹ ਕਿਉਂਕਿ ਇਟਾਲੀਅਨ ਕਫੇ ਪੀਣ ਤੋਂ ਬਗੈਰ ਤਾਂ ਜਿੱਦਾਂ ਕਿ ਮਜ਼ਾ ਹੀ ਨਹੀਂ ਆਉਂਦਾ ਕਹਿਣ ਦਾ ਗੱਲ ਆ ਜਾਓ ਮੁੰਡਿਓ ਸਿਮੇ ਅਤੇ ਉਹ ਆਪਣੇ ਬੰਦੇ ਉਹ ਜਾਂਦੇ ਉਹਨਾਂ ਨੂੰ ਗੱਡੀ ਪਾਰਕਿੰਗ ਲੱਗੀ ਲੱਭੀ ਨਹੀਂ ਹੈਗੀ ਆਪਾਂ ਤਾਂ ਗੱਡੀ ਪਾਰਕਿੰਗ ਆਪਣੀ ਉਹ ਲਾਤੀ ਉਹਦੇ ਸਾਈਡ ਦੇ ਵਿੱਚ ਤੂੰ ਕੋਟੀ ਕੁੱਟੀ ਪਾ ਲਾ ਪੁੱਤ ਉੱਪਰੋਂ ਤੇ ਮੀਂਹ ਪੈਦਾ ਉੱਪਰੋਂ ਗਰਮੈਸ਼ ਗਰਮੈਸ਼ ਕੋਈ ਠੰਡ ਰਲ ਵਾਲੀ ਕਿਤੇ ਦੇਖੋ ਇਹਦੇ ਨਿਆਣੇ ਦੇਖੋ ਨਿਆਣੇ ਬਸ ਨਾ ਨਹੀਂ ਵੀ ਤਾਂ ਨਹੀਂ ਅੰਤੇ ਗੇਮ ਓਵਰ ਨਹੀਂ ਹੋ ਗਈ ਬਸ ਨਾ ਹੋ ਚਲ 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 ਕੀ ਚੱਕੇਗਾ ਉਹ ਚੱਕ ਲਾ ਉਹ ਥੋੜੀ ਜਿਹੀ ਪਿੱਛੇ ਨਹੀਂ ਆਉਣਾ ਉਹ ਚੱਲ ਮੇਰੇ ਭਾਈ ਪਿੱਛੇ ਜਾਂਦਾ ਨਹੀਂ ਹਾਂ ਆ ਜਾ ਵਧੀਆ ਚੱਕਿਆ ਨਾ ਚਾਹ ਵੀ ਲੈ ਆਉਣਾ ਇੱਧਰ ਆ ਕੁੰਜੇ 'ਚ ਚੱਕ ਆਉਣਾ ਸੀ ਗ੍ਰਾਸੀਏ ਪਰਫੈਕਟੋ ਚਾਹ ਕਫੇ ਕਿਉਂਕਿ ਸਾਡੇ ਤੋਂ ਇਹ ਚਾਹ ਤੋਂ ਬਗੈਰ ਨਹੀਂ ਜਾਇ ਹੁੰਦਾ ਚਾਹ ਲਿਖਣਾ ਵਿੱਚ ਡੱਡੂ ਜੀ ਗੁਸ਼ਾਨ ਪੁੱਤ ਟੋਟਲੀ ਟਾਈਮ ਵੇਸਟ ਆਇਆ ਤੂੰ ਆਇਆ ਇਹ ਤਾਂ ਮੈਂ ਕਹਿੰਦਾ ਟਾਈਮ ਆਪਣਾ ਚੱਲੀ ਘਰ ਨੂੰ ਜਾ ਕੇ ਦੋ ਪੀਸੀ ਬਣਾਈਏ ਅਤੇ ਬਸ ਠੀਕ ਰੁਪਈਆ
ओके यार ओके मिलते हैं ओके भी चंगा जी आप ਉਹਦੇ ਵਿੱਚ ਪਾ ਲਾ ਚੰਗਾ ਠੀਕ ਆ ਵੀਰੇ ਹਰਮਨ ਨੂੰ ਕਿੰਨੀ ਵਾਰੀ ਕਿਹਾ ਵੀ ਥੋੜਾ ਜਿਹਾ ਸੁਰਤ ਹੀ ਰਹਿਗਾ ਲੋ ਦੇਖੋ ਯਾਰ ਕੁਦਰਤ ਦੇ ਰੰਗ ਦੇਖੋ ਹਲੇ ਸਾਨੂੰ ਆਉਣ ਦੇ ਮੀਂਹ ਵੀ ਪੈ ਗਿਆ ਤੇ ਹੁਣ ਦੇਖੋ ਧੁੱਪ ਵੀ ਐਨ ਟੌਪ ਵੀ ਚੜਿਆ ਜੀ ਜਿਹੜਾ ਮੌਸਮ ਅਸੀਂ ਘਰੋਂ ਲੈ ਕੇ ਤੁਰੇ ਸੀਗੇ ਉਹੀ ਮੌਸਮ ਵਿੱਚ ਬਹੁਤ ਸੀ ਫਿਰ ਆਪਣੇ ਘਰ ਮੁੜਿਆ ਜੀ ਲਓ ਜੀ ਦੇ ਮਿੱਤਰੋ 5:45 ਹੋ ਗਏ ਤੁਸੀਂ ਪਹੁੰਚ ਗਏ ਆਪਣੇ ਘਰ ਦੇਖੋ ਸੂਰਜ ਪੂਰਾ ਖੜਾ ਜਿਹੜਾ ਮੌਸਮ ਅਸੀਂ ਛੱਡ ਕੇ ਗਏ ਸੀਗੇ ਆਪਣਾ ਮੌਸਮ ਸਾਹਮਣੇ ਰਸਤੇ ਵੀ ਸਾਨੂੰ ਮੀਂਹ ਵੀ ਪਿਆ ਸਾਰਾ ਕੁਝ ਹੋਇਆ ਤੇ ਬਾਕੀ ਆਪਾਂ ਪਹੁੰਚ ਗਏ ਆਪਣੇ ਘਰ ਹੁਣ ਕੱਪੜੇ ਜਿਹੇ ਕਰਕੇ ਚੇਂਜ ਕੀ ਕਰਦਾ ਸੀ ਕੱਪੜੇ ਰੀਜੇ ਕਰਕੇ ਚੇਂਜ ਤੇ ਫਿਰ ਕਰਾਂਗੇ ਆਪਣੀ ਕੰਮ ਕਰਨ ਦੀ ਤਿਆਰੀ ਤੇ ਗਾਇਸ ਕੱਪੜੇ ਕੁਪੜੇ ਕਰਕੇ ਚੇਂਜ ਆਪਾਂ ਪਹੁੰਚ ਗਏ ਆਪਣੀ ਸ਼ੋਪ 'ਤੇ ਟਾਈਮ ਦੇਖੋ ਤੁਸੀਂ 7:30 ਹੋ ਗਏ ਅਤੇ ਸਾਡੇ ਕੋਲ ਆਰਡਰਾਂ ਦੀ ਲਗਭਗ ਲਾਈਨ ਲੱਗੀ ਕਿਉਂਕਿ ਅੱਜ ਹੈਗਾ ਰੂਮਾਂ ਦਾ ਮੈਚ ਅਤੇ ਆਪਣੇ ਕੋਲ ਆਰਡਰਾਂ ਦੀ ਲੱਗੀ ਹੋਈ ਲਾਈਨ ਅਤੇ ਲਾਈਨ ਆਪਾਂ ਕਰਾਂਗੇ ਕੰਮ ਕਿਉਂਕਿ ਅੱਜ ਬਹੁਤ ਜ਼ਿਆਦਾ ਬਿਜ਼ੀ ਅਸੀਂ ਤੁਹਾਨੂੰ ਮਿਲਾਂਗੇ ਸਿੱਧਾ ਕੰਮ ਕਰਨ ਤੋਂ ਬਾਅਦ 'ਚ ਠੀਕ ਹੈ ਕਿਆ ਪੀਸੇ ਹਰਮਨ ਨੇ ਬਣਾ ਕੇ ਕਰਤੇ ਰੈਡੀ ਅਤੇ ਇਹ ਬਣਾਊਗਾ ਪੀਸੇ ਅਤੇ ਆਪਾਂ ਆਪਣੀ ਡਿਊਟੀ ਸਿਰਫ ਪੀਸੇ ਚੱਕ ਕੇ ਅਤੇ ਫੋਰਨ ਵਿੱਚ ਪਾ ਕੇ ਅਤੇ ਪਕਾ ਕੇ ਕੱਢਣੇ ਬਾਹਰ ਅਤੇ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹਾਂਜੀ ਤੇ ਗਾਈਜ਼ ਆਪਾਂ ਕੰਮ ਕਰਤਾ ਆਪਣਾ ਨਿਬੇੜ ਟਾਈਮ ਸਾਨੂੰ ਉਹੀ 11:45 ਹੋ ਗਏ ਕੰਮ ਕਰ ਖਤਮ ਕਰਦੇ ਨੂੰ ਅਤੇ ਬਾਕੀ ਅੱਜ ਆਪਾਂ ਗਏ ਸੀਗੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖੀ ਵਲੌਗ ਦੇ ਵਿੱਚ ਆਪਾਂ ਗਏ ਸੀ ਅੱਜ ਨਗਰ ਕੀਰਤਨ 'ਤੇ ਲਵੀਨੀਓ ਅਤੇ ਜਿੱਦਾਂ ਕਿ ਤੁਹਾਨੂੰ ਤੁਸੀਂ ਦੇਖਿਆ ਹੀ ਆਪਾਂ ਸਿੱਧਾ ਉੱਥੇ ਹੀ ਪਹੁੰਚ ਗਏ ਸੀਗੇ ਜਿੱਥੇ ਗੁਰੂ ਮਹਾਰਾਜ ਦੇ ਸਰੂਪ ਨੇ ਪਰਿਕਰਮਾ ਕਰਨ ਤੋਂ ਬਾਅਦ ਪਹੁੰਚਣਾ ਸੀਗਾ ਕਿਉਂਕਿ ਜੇ ਅਸੀਂ ਉੱਥੇ ਜਾਂਦੇ ਜਿੱਥੋਂ ਆਪਣਾ ਨਗਰ ਕੀਰਤਨ ਸ਼ੁਰੂ ਹੋਣਾ ਸੀਗਾ ਅਸੀਂ ਕਾਫੀ ਜ਼ਿਆਦਾ ਲੇਟ ਹੋ ਜਾਣਾ ਸੀ ਮੁੜ ਕੇ ਆਪਣੀ ਸ਼ੋਪ 'ਚ ਅਸੀਂ ਕੰਮ ਕਾਰ ਵੀ ਕਰਦੇ ਹੁੰਦੇ ਹਾਂ ਚਲੋ ਇਹ ਬਹੁਤ ਵਧੀਆ ਗੱਲ ਹੈ ਵੀ ਆਪਾਂ ਜਾ ਕੇ ਗੁਰੂ ਮਹਾਰਾਜ ਦੇ ਲੰਗਰ ਛਕੇ ਸੰਗਤ ਦਰਸ਼ਨ ਕੀਤੇ ਹੈ ਨਾ ਇਹੀ ਬਹੁਤ ਵਧੀਆ ਗੱਲ ਚਲੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇਹਦੇ ਨਾਲ ਆਪਾਂ ਅੱਜ ਬਲੌਗ ਦਾ ਆਪਣਾ ਐਂਡ ਕਰਦੇ ਹਾਂ ਆਈ ਹੋਪ ਕਿ ਤੁਹਾਨੂੰ ਆਪਣਾ ਅੱਜ ਦਾ ਬਲੌਗ ਪਸੰਦ ਆਇਆ ਜੇ ਪਸੰਦ ਹੈ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਤੁਹਾਨੂੰ ਮਿਲਿਆ ਕੱਲ੍ਹ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਾਡੇ ਕੋਲ ਸਤਿ ਸ਼੍ਰੀ ਅਕਾਲ